ਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ। ਤੇ ਕੱਲ੍ਹ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਬਾਸ਼ ਮਿਲ ਰਹੀ ਹੈ ਬਹੁਤ, ਮੈਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ। ਅਤੇ ਇੱਧਰੋਂ ਉੱਧਰੋਂ ਬਾਈ ਤੂੰ ਐਂ ਕਰਤਾ, ਅਗਦਾਰੀ ਕਰਤੀ, ਫਲਾਨਾ ਕਰਤਾ, ਤੈਨੂੰ ਕਿਆ ਕਰਤਾ। ਲਾਈਵ ਮੈਂ ਹੋਣਾ ਸੀ, ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ, ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ। ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ, ਅਤੇ ਜਿਹੜੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰੇ ਫਰਜ਼ ਬਣਦਾ ਮੈਂ ਉਹਨਾਂ ਨੂੰ ਜੋ ਜੋ ਉਹਨਾਂ ਦੇ ਕੁਸ਼ਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ। ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲੇ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲਊਂਗਾ, ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਦਾ, ਉਹਨਾਂ ਨੂੰ ਮੇਰਾ ਇਹ ਕਲੀਅਰ, ਜਿਹਨਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ, ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਛ ਵੀ ਹੈ ਨਾ ਕੁਛ ਚੰਗਾ ਕਰਾਂਗੇ ਬਾਈ। ਕਾਂਗਰਸ ਸੀ ਕਿਉਂ, ਸਾਰੇ ਜਵਾਬ ਦਿੰਦਾ ਮੇਰੇ ਨੂੰ, ਸਾਰੇ ਜਵਾਬ ਦੇਣਾ, ਇੱਕੋ ਇੱਕ ਗੱਲ ਦਾ ਜਵਾਬ ਦਿਓ, ਜਵਾਬ ਦੇਣ ਵਾਸਤੇ ਹੀ ਆਇਆ ਮੈਂ। ਕਿਉਂਕਿ ਜੋ ਤੁਸੀਂ ਬੈਠੇ ਉਹਨਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ, ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਕੀ ਕੁਛ ਹੋਣਾ, ਕੀ ਕੁਛ ਗੱਲਾਂ ਹੋਣੀਆਂ, ਕੀ ਕੁਛ ਬੋਲਿਆ ਜਾਊਗਾ ਹੈ ਨਾ, ਅਤੇ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ, ਮੈਨੂੰ ਸਾਰਾ ਕੁਛ ਪਤਾ ਸੀ ਉਸ ਚੀਜ਼ ਬਾਰੇ ਵੀ ਆਹ 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 ਚੀਜ਼ਾਂ ਆਹ ਫੇਸ ਹੋਣਗੇ। ਅਤੇ ਮੈਨੂੰ 4 ਸਾਲ ਹੋ ਗਏ ਮੇਰੇ ਕੋਲ ਉਹਨਾਂ ਨੂੰ, ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ। ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮੈਂ ਇਹਨਾਂ ਤੋਂ ਗੁਜ਼ਾਰ ਹਾਂ ਬਾਈ, ਲਾਨਾ ਹੈਗਾ, ਕਿਹੜੀ ਗੱਲ ਤੋਂ ਗੁਜ਼ਾਰਾਂ ਬਾਈ। ਕਾਂਗਰਸ ਜੁਆਇਨ ਕਰ ਲਈ ਬਾਈ, ਕਾਂਗਰਸ ਤਾਂ 1984 ਉਹਨਾਂ ਦੀ ਕਤਲਾਂ ਦੀ ਜ਼ਿੰਮੇਵਾਰ ਹੈ, ਸਿੱਖ ਕਤਲੇਆਮ ਦੇ ਵਿੱਚ ਉਹ ਉਹਨਾਂ ਦਾ ਹਿੱਸਾ ਰਿਹਾ। ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ, ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨੇ, ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕਿ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ? ਠੀਕ ਹੈ, ਚਲੋ ਇਹ ਜੋ ਚੀਜ਼ ਗਲਤ ਹੈ, ਦੇਖੋ ਔਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ, ਅਤੇ ਅੱਗੇ ਵੀ ਕਹੂੰਗਾ, ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ। ਠੀਕ ਹੈ, ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ। ਠੀਕ ਹੈ, ਜੋ ਗਲਤ ਸੀ ਉਹ ਗਲਤ ਹੈ, ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ। ਠੀਕ ਹੈ, ਜੇ ਕੱਲ੍ਹ ਨੂੰ ਵੀ ਕੁਛ ਮੇਰੇ ਨਾਲ ਦੇ ਕੁਛ ਗਲਤ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਠੋਕ ਕੇ ਕਹੂੰਗਾ ਵੀ ਇਹ ਗਲਤ ਹੈ। ਠੀਕ ਹੈ, ਅਤੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਨਹੀਂ ਹੈਗਾ ਕਿ ਜਿਹੜੇ ਅੱਜ ਪੰਥਕ ਬਣੇ ਫਿਰਦੇ ਆ ਕਿ ਉਹਨਾਂ ਨੇ 84 ਦੇ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੈਗਾ। ਅਤੇ ਦੂਜੀ ਗੱਲ, ਤੁਸੀਂ ਇਹ ਕਹਿ ਰਹੇ ਹੋ ਵੀ 1984 ਦਾ ਕਤਲੇਆਮ ਹੋ ਗਿਆ ਜੀ, ਫਲਾਨਾ ਹੋ ਗਿਆ, ਤੂੰ ਭੁੱਲ ਗਿਆ, ਤੂੰ ਗਦਾਰੀ ਕੀਤੀ। ਮੈਂ ਤਾਂ ਪਾਰਟੀ ਕੱਲ੍ਹ ਜੁਆਇਨ ਕੀਤੀ ਹੈ ਵੀਰੇ, 21 ਕੱਲ੍ਹ ਕਿੰਨੀ ਤਰੀਕ ਸੀਗੀ, ਠੀਕ ਹੈ, ਤਾਂ ਕੱਲ੍ਹ ਪਾਰਟੀ ਜੁਆਇਨ ਕਰੀ ਹੈ ਵੀਰੇ 2021 ਦੇ ਵਿੱਚ ਆ ਕੇ। 1984 ਤੋਂ ਬਾਅਦ 3 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ, ਅਤੇ 3 ਵਾਰੀ ਸਰਕਾਰ ਬਣਾਉਣ ਵਾਲੇ ਉਹ ਗਦਾਰ ਨੇ ਜਾਂ ਮੈਂ ਗਦਾਰ ਹਾਂ, ਇਹ ਗੱਲ ਦੱਸੋ ਮੈਨੂੰ। ਪ੍ਰੋਪੋਗੰਡਾ ਨਾ ਕਰਿਆ ਕਰੋ ਮੇਰਾ ਵੀਰ, ਠੀਕ ਹੈ, ਜੇ ਚੀਜ਼ਾਂ ਤੁਹਾਡੇ 'ਤੇ ਆਉਣ ਲੱਗੀਆਂ, ਠੀਕ ਹੈ, ਅੱਜ ਕੱਲ੍ਹ ਆਪਾਂ ਇਹ ਸੋਚਦੇ ਹਾਂ ਵੀ ਫਲਾਨੇ ਨਾਲ ਗੱਲ ਕਰੀਏ ਯਾਰ ਉਹਨੂੰ, ਹੈ ਨਾ, ਮੈਨੂੰ ਪਤਾ ਮੇਰੇ ਬਾਰੇ ਤਾਂ ਪੁਆਇੰਟ ਚਾਹੀਦਾ ਹੁੰਦਾ ਸਾਰਿਆਂ ਨੂੰ ਇੱਕ, ਵੀ ਜੇ ਮੈਂ ਕੁਛ ਕਰ ਲਿਆ ਤਾਂ ਵੀ ਇਹਨੇ ਕਿਉਂ ਕਰਿਆ, ਹੈ ਨਾ। ਸੋ ਮੈਂ ਤਾਂ ਛੋਟੇ ਛੋਟੇ ਕੁਸ਼ਚਨ ਪੁੱਛਣੇ ਨੇ, ਜੇ ਤੁਹਾਨੂੰ ਠੀਕ ਲੱਗੇ ਹੈ ਨਾ ਤਾਂ ਮੈਨੂੰ ਉਸ ਚੀਜ਼ਾਂ ਦਾ ਜਵਾਬ ਦਿਓ, ਹੈ ਨਾ। 3 ਵਾਰੀ ਵੋਟਾਂ ਪਾਉਣ ਵਾਲੇ ਕੌਣ ਲੋਕ ਸੀਗੇ, ਉਹ ਕੀ ਉਹ ਗਦਾਰ ਸੀ, ਐਤਕੀ ਵੀ ਸਰਕਾਰ ਸੀ, ਲੋਕਾਂ ਨੇ ਵੋਟਾਂ ਪਾਈਆਂ, ਉਹ ਤਾਂ ਮੈਂ ਕਾਂਗਰਸ ਜੁਆਇਨ ਨਹੀਂ ਸੀ ਕੀਤੀ, ਨਾ ਮੈਂ ਵੋਟਾਂ ਪਾਈਆਂ ਸੀ, ਨਾ ਮੇਰੀ 3.5 ਨਿਆਣਿਆਂ ਦੀਆਂ ਵੋਟਾਂ ਨਾਲ ਉਹ ਸਰਕਾਰ ਬਣੀ, ਤਾਂ ਉਹ ਕੌਣ ਲੋਕ ਸੀ ਯਾਰ। ਦੋਹਰਾ ਸਟੈਂਡਰਡ ਨਾਲ ਲੈ ਕੇ ਚੱਲਿਆ ਕਰੋ ਮੇਰਾ ਵੀਰ, ਹੈ ਨਾ। ਮੈਨੂੰ ਪਤਾ ਜਿੰਨਾ ਜਿਸ ਦਾ ਨਾਮ ਹੁੰਦਾ ਉਸਨੂੰ ਉਸ ਚੀਜ਼ ਦੀ ਵੈਲਿਊ ਦੇਣੀ ਪੈਂਦੀ ਹੈ, ਠੀਕ ਹੈ ਨਾ। ਮੈਂ ਸਮਝ ਰਿਹਾ ਸਾਰੀਆਂ ਚੀਜ਼ਾਂ ਨੂੰ ਵੀ ਕੀ ਕੁਛ ਚੱਲ ਰਿਹਾ, ਮੈਂ ਕੋਈ ਬੱਚਾ ਨਹੀਂ ਹੈਗਾ ਜਾਂ ਵੀ ਮੈਨੂੰ ਪਤਾ ਨਹੀਂ ਕੁਛ, ਮੈਂ ਸਾਰਾ ਕੁਛ ਸੋਚ ਸਮਝ ਕੇ ਹੀ ਇਹ ਫੈਸਲਾ ਲਿਆ, ਅਤੇ ਉਹ ਮੈਂ ਫੈਸਲਾ ਕਿਉਂ ਲਿਆ ਮੈਂ ਤੁਹਾਨੂੰ ਉਹਦਾ ਵੀ ਰੀਜ਼ਨ ਦੱਸੂੰਗਾ। ਹੁਣ ਮੈਨੂੰ ਸਾਰੇ ਕਹਿੰਦੇ ਤੂੰ ਕਾਂਗਰਸ ਜੁਆਇਨ ਕੀਤੀ, ਦੂਜੀਆਂ ਪਾਰਟੀਆਂ ਕਿਉਂ ਨਹੀਂ ਜੁਆਇਨ ਕੀਤੀਆਂ, ਉਹਦਾ ਵੀ ਜਵਾਬ ਦਿੰਦਾ। ਕਾਂਗਰਸ ਜੁਆਇਨ ਕਰੀ ਜੇ ਮੈਂ ਨਾ ਕਰਦਾ, ਇੱਕ ਪਾਰਟੀ ਹੈਗੀ ਹੈ ਜੇ ਮੈਂ ਉਹ ਨਾਲ ਜੁਆਇਨ ਕਰ ਲੈਂਦਾ ਤਾਂ ਤੁਸੀਂ ਉਹਨੂੰ ਕਹਿਣਾ ਸੀ ਉਹ ਤੁਸੀਂ ਬੇਅਦਬੀ ਵਾਲਾ ਨਾਲ ਰਲੇ ਫਿਰਦੇ ਹੋ, ਬੇਅਦਬੀ ਇਹ ਤਾਂ ਬੇਅਦਬੀ ਕਰੀ ਹੈ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਆ,
एक पार्टी ने होर अप्रोच कराया उसनूं उहदे नाल जे कैंसर लड़दा फिर तुसीं कहना सी किसानां दे विरोधी है यह इन्ने किसान मरे यार तू इन्हां नाल रल गया फिर भी गद्दार। एक पार्टी होर सी उहनूं तुसीं आर एस एस दी बी टीम कहने उहदे नाल रल गया फिर भी कहना ओए यार तां फलाना आजाद खड़ गया तां फिर तुसीं कहना सी यार तू आजाद लोकां दीआं वोटां लै के की करेगा तेरे कोल कोई सिस्टम नहीं उत्ते तेरी गल नहीं मननी क्यों एवें लोकां दीआं वोटां खराब कीतीआं ठीक है ना। सो ये सारिया चीज़ा ने मेरा भरा तुम मैं दस देंगे तो मैं हूँ भी दस दो भी कि सही है ठीक है ना मेरा भरा। कोई भी बंदा जो कोई स्टैप लै रहा है वो कोई बेवकूफ होकर नहीं लगा मेरा भीर ठीक है। कंडीशन देखी मैं 3 साल हो गए इतने रह रहा ठीक है। मैंने पहला कोई इंट्रस्ट नहीं भी की चली जाता हूँ तक इंट्रस्ट नहीं ठीक है। 3 साल हो गए इतने रहना इतने हरेक तीजा बंदा जो तुम किसी सिस्टम से तरक्की करके जाने ना तुम आपके पिंड तरक्की कर दें कुछ बनते हो इतने हरेक एक पुलिस अफसर भी यह चाहते भी यार इन्हें साल जेब च पा ये मेरे तो स्टेज पर ही पुछ के चढ़िया करे ठीक है। 3 साल मेरे तो 6 परचे हुए 6 परचों में की गुनाह सी का कुछ भी नहीं घर बैठे थे परचे। सो एक लोग जिन्ना प्रेसर मैं देखे मैं ऐ लगता उदू लो जे मेरे ना यह कुछ हो सकता तो दूजे लोगों कि कुछ होता होना। सो ये चीज़ा ने तो तीजी गल तुम ये कह रहे हो भी यह ए करके गलत है फलाना धमका फिर यार मनमोहन सिंह भी तो ऐसी पार्टी ने दिता से वो चीज़ तो तुम करे फिर मैं किसी का पक्ष नहीं लै रहा मैं मुकदी गल है भी यार तुम किसी दला किसी गद्दार किसी ठाठा ठाठा कहना बहुत सौखा होंगे। अजक पता की ट्रेंड चलिया हुआ भी सोशल मीडिया से सारा प्रचार भी इदा समाज इदा होना चाहिए समाज सरकार तो घटिया ने जी फलाने घटिया ने फुद्दू ने जी फलाने धमके ने तो फिर इन्हों सही कौन करेगा भाई कि सोशल मीडिया से गाल कढ के सोशल मीडिया से ए कह के भी यहाँ घटिया इतने गल मुक जू कि इतों सुधार हो गया सारा कुछ जे कुछ बदलना मित्रा तो दलदल च पैना पैंदा ठीक है ना। तो मैं कोई यही नहीं किया भी जो मेरा सिंगिंग करियर मुक गया दूजे कलाकार वागू मैं जाके पार्टी रल गया भी चल हम इधरों सही करा जमा पीक से बैठा इस वक्त अज भी शो है नोएडा के मेरा सोल्ड आउट है ठीक है ना। तो मैं ये पंगा क्यों लिया क्योंकि मेरे मन के कुछ ना कुछ सीगा ठीक है। मैं मेरे दिमाग के जड़िया चीज़ा मैं सोचिया हुई सी मैं वो करनिया ने ठीक है ना। मैं भी कह सकता सी गाने मैं भी कहता लीडर ने इतने हकदार गोली दे लीडर हकदार गोली दे कह के गल नहीं बढ़ गई इनू सही कौन करूगा। मैं थोनू भी कहना तुम भी आओ चंगे बंद की लौड़ है जो तुम इतने आप इतने गाला क्ड के सोशल मीडिया से गाल क्ड के फलाना दला जी फलाना गदार है जी बिक गया जी आह सीएम तो घटी है जी आह सरकार तो बहुत घटी है जी ए कह के जी सुधार होगा कदों की कही जाने होया नहीं होया ना। सो यार जे थोनू इन्ना इन्ना कुछ करके नहीं कुछ हो रहा तो वह किवें होगा ठीक है। जो तालाब साफ करना तो तालाब के उतरना पैना जे कोई उतरदा तो उन्होंने तुम सर्टिफिकेट बनने लग जाने मैनू कोई परवाह नहीं बई कोई इशू नहीं मैं जिंदगी दे विच नैगेटिविटी ही देखी है तो मैं इस भी बनया हुआ ठीक है ना। मैनू पता भी मेरा मैं आपके दिलों कोई माड़ी चीज़ सोच के नहीं गया ठीक है। माड़ा कोई माड़े कोई आंसर नहीं दिमाग के मेरे कोई माड़ी इंटेंशन नहीं तो मैं उस चीज़ की कोई परवाह नहीं हाँ जिन्ना चर मैं पता मेरे परमात्मा पता मैं ठीक हाँ यार जो मैं किया कि वजह मैं क्यों किया ठीक है वह मैनू पता। कोई तीजा बंदा कह रहा मैं सिर्फ अपने परिवार नाल फर्क पैंदा जिहड़े मैनू सुनदे ने जिहड़े मेरे नाल रहिंदे ने जिन्हां ने मैनू प्यार करके हुण तक पहुँचाया तो उन्होंने मेरा क्लीयर करना बनता भी मेरे वीर आह चीज़ है आह चीज़। बाकी इतने सर्टिफिकेट मैं पहले ही कहता सी भी 295 गाने च भी मैं थोड़ा ठोक के कहा सी भी कौन कुत्ता कौन दला कंजरे कहने इतने सर्टिफिकेट देन फेसबुक पर सर्टिफिकेट तो मैंने मिलने ने ना मैं सर्टिफिकेटा की परवाह है ठीक है। क्योंकि मैं हिम्मत रखदा जो मैं कहा उस चीज़ से स्टैंड करने की तो जिते कोई चीज़ गलत हो वो गलत है ठीक है। तो गलत का खिलाफत करने लिए असं इतने है ठीक है। तो ऑलवेज जी चीज़ गलत वह ठोक के गलत भी कहेंगे ठीक है। ये नहीं है भी जब कोई चुप कर जाएंगे जो कुछ होर ना आए तक चुप करें जो मैं चुप करना हों मैं हूँ भी इतने लाइव ना हों मैं बह जाता भी यार कोई नहीं मैं तैयार कर ली जो क्ढी जाने लोगों को ठीक है। गाला क्ढना मैं फर्क नहीं पैंता पर कुछ क लोग ने जोड़े मैं प्यार करते हैं उन्होंने मैं फर्क पैंता। तीजी गल यह क्यों गया मैं क्यों आया पॉलिटिक्स के क्यों आया 3 साल हो गए 4 साल हो गए पहला गाना मेरा यही आया जितने बंदा मार के कसूर पुजे जट उस पिंड बिलोंग करता शुरू तो
पिंड मानसा एरिया गाणियां च कह के यार कोई इंप्रूवमेंट नहीं होंदी। ठीक है, नाम बहुत बन गया बाबी की कृपा नाल, दुनिया जानती है। पहला कॉलेज जाने हुंदे सी किसी नूं पता तक नहीं हुंदा वी मानसा कित्थे है, कुछ नहीं। पर यार जे थोड़ा नाम है, सारा कुछ थोड़े नाम दा, नाम तो सारी 100 कलाकार होर है जिन्हां दे अज शो लगदे ने, गाने चलदे ने। अगला कहिंदा यार मैं की लैणा, ठीक है जो होगा ठीक है मैं कर लूँगा बस, ठीक है मैं आपके 4 पैसे इकट्ठे करता, मैं आपके परिवार बारे सोचा, मैं बाकी सारा कुछ जाए खूह खाते मैं की लैना। ठीक है, मैं भी उन्होंने वगू रह सकता सी, मैं पिंड जा, मैं पिंड च की रहना यार, मैं तो भैन च उत्थे जाना। ठीक है, मैं खेती क्यों करा, मैं आपके लोगों क्यों रहा। इस तरह किसी किसी बंद क्वालिटियां होंगे ने, तो वो इस चीज़ को नभा जानता है। ठीक है, जे मैं उत्थे रह रहा तो मैं उतों के लोगों खड़ना भी जानता। ठीक है ना, साढ़े इलाके के हालात कैंसर बेल्ट कहने सानू। ठीक है, 2012 के प्लस टू करके जो पढ़न गया साड़ा कोई कॉलेज नहीं, लुधियाने पढ़ना पिया। ठीक है, फिर बाहर जाना पिया जो सारे उत्थे ओपरचुनिटी आने कल गाने के नाम लेने हल्का नहीं उच्चा होंदा हुंदा। बाकी मेरे से तो इल्जाम सारे कितने कही जाते रहते हैं भी तू ऐ करता तू ऐ करता, मतलब गाला कढ़ने कोई रिकीशू नहीं है, मैं माड़ा चंगा कहना ना मैं उस चीज़ ने, मेरी किस्मत है। ठीक है, मेरी किस्मत वढ़ाई भी लिखी है, मेरी किस्मत सारा कुछ लिखे हुआ है ना। सो ये चीज़ा मेरे नाल भी हो सकदियां सी, मेरे नाल हो भी रही ने, तो भी इन चीज़ों का मैनू कोई फर्क नहीं है, क्योंकि मैनू पता भी मैं साफ दिल नाल तरीके नाल है ना अपने उस हिसाब किताब नाल चल रहा जिहड़ा मैनू पता है कि मैं करना की है की नहीं करना। तो नाले यार मैनू एक गल दसो भी सोशल मीडिया से बोल के सारा कुछ करके कि सुधार हो चुके इस चीज़ का, नहीं हुंदा भाई। ठीक है ना, तो नाले जड़िया जड़िया पार्टियां ये क्यों ज्वाइन की, वो क्यों ज्वाइन की, तो ज़्यादा दूजिया कि उन्होंने ज्वाइन कर लेंगे दस दो, फिर जो उन्होंने ज्वाइन कर लेना फिर तुम उन्होंने कहना यार ये तो माड़ी है, तो यह फलाना धमका है ना। तो जो तुम इतने रहने उन्होंने उदों तक थोड़ा ये लगता होंगे भी यार ये तो दूर है। हूँ कई मेरे भरा ने बाहरों कही आते हैं भी यार फुद्दू सरकार ने, यह फलाना ने, धमका ने, ये ने भाई यार, फिर सोशल मीडिया से बोल के की होजू। जे सरकार सिस्टम बदलना है पहले बी द पार्ट ऑफ द सिस्टम, सिस्टम च आओ, हिम्मत रखो बदलन की, लीगली जान लीगली जाके उस चीज़ को सुधारन की कोशिश करो, कि इंटरनेट पर बोल के भी ऐ फलाना जी यहाँ धमक है जी, जे उधर जा वड़िया तो फलाना उधर, आप तुसी जो मर्जी करो है ना, स्मार्टफोन पिछे वोटा पाओ है ना, होर चीज़ा पिछे वोटा पाओ, दारू पिछे वोटा पाओ, जो दूजे ने पा लिया तो हाँ बई उस भी पुछ के लवो, ए नहीं हुंदा मेरा वीर। ठीक है, जो कोई बंदा रेस चलता ना बड़ी च, तो लोग उतो एक्सपैक्ट करते हैं भी हाँ यार जे बंदा यदा नाम है तो यह तो यार कोई फायदा लिया जाए, कुछ ना कुछ चंगा किया जाए है ना, भी यदा नाम लेके खोल इन जानते हो गए लोग यार भी आप तो कम करा लिए। ठीक है, तो बहुत मेरी कोई कल नहीं, कोई फेम का मेरे कोई पैसे की कमी नहीं, कोई अज फेम की कमी नहीं, अज मैं उनका टॉप ऑफ माई करियर। ठीक है ना, मोस्ट स्ट्रीम्ड आर्टिस्ट, कल भी दिक्कत हुई थोड़े प्यार नाल, इन्ना सारा कुछ मिलया हुआ मैंने किसी चीज़ की लोड़ नहीं। ठीक है, जो फिर भी कुछ कर रहे हैं तो वो पिछे कोई रीज़न है। ठीक है, मैंने कोई MLA कौन होना, MLA ना दूना तीन तो बाद MLA सिर्फ एक हल्के का होंगे। ठीक है, तो मैं सारी दुनिया इन्ना प्यार करते जिते जाने है ना, लोग पैर थले हाथ देंगे है ना, इन्ना माण सत्कार देंगे ने। सो यह चीज़ा मेरा वीर नैगेटिविटी करनी है जी सदके करो, पर मैं थोड़ा इन्नी गल कहना भी जे तुम यही चीज़ का माहौल बनाई रखे ना भी फलाना गया फलाने को फड़ लो, फलाना गया फलाने को फड़ लो, किसी बंद ने हिम्मत नहीं करनी इस चीज़ के आऊँगी। ठीक है, जे मैं अच्छ ज्वाइन कराया तो मैं सारे कहना भी आओ यार, कोई भी पार्टी ज्वाइन करो, आओ चंगे बंदे आओ तो सही, कल माड़े नींद के चंगा थोड़ी बनया जाता, माड़े नाल कह के उन्होंने सिस्टम चो रिमूव करके फिर चंगा बनाया जाता। ठीक है ना, आप इतने जाके ईजली कह आने, बाहर बैठे लोग कही जाते हैं भी यार ये तो ही फलाने ने, तो धमके ने, तो गदार निकल गए, गदार शब्द की वेरे परिभाषा समझ के आओ मेरा वीर। तो जे आप गदारा की लिस्ट फुलन लग जाइए तो थोड़ा मैं कहना थोड़े तो सह नहीं होना, देख नहीं होना भी कौन कौन गदार है इतने। ठीक है ना, जिड़ी जोड़े लोग पंथ घकाते लोग उत्थे अतवादी कह के निकले ने। ठीक है ना, किन्ने साल हो गए जिहड़े बंदे ने इस चीज़ पर राजनीति की है, रोटियां खाधियां ने, सब तो बड़े गदार वो ने। ठीक है ना, मैं कह दी वह नहीं किसी को, मैं खिलाफ नहीं कह रहा किसी के, मैं हक च नहीं जा रहा, पर मैं थोड़ा इन्नी गल कहना भी पहला जाके क्लीयर योर फैक्ट्स,
हिस्टरी पढ़ो जाके, ठीक है ना। तो दूजी गल, असी इस सिस्टम दे विच क्यों आए हैं कि ये दोबारे कदे चीज़ा ना हो, ठीक है। जे कुछ चंगे बंदे हो उस चीज़ा नू रोक सकन, ठीक है, तो वह चंगियां दे विच तुसी भी आ सकते हो। आओ तुसी सिस्टम क्लीयर करिए, साफ करिए, खड़ो वोटां दे विच, इलैक्ट होवो, विधानसभा जाओ, विधानसभा जाके गल करो भी भाई आ साडा मुद्दा, साडा हक है, करो हल, ठीक है ना। बोतल लैके वोट पाउण नाल समाज नहीं सुधरता वीरे, ना ही सोशल मीडिया से गालां कढ़ने नाल सुधरता है, तो ना ही उन्हां बंदियां नूं तुन के सुधरता है जिहड़े इस चीज़ का उद्दा करते हैं, ठीक है। कलाकार यार होर 20-30 ने जिन्हां दे 100-100 million गाने जांदे, उह क्यों नहीं आउंदे? अगला कहिंदा यार मैं की लैणा। जे कोई बंदा आउंदा है ਉਹਨੂੰ ਇਸ ਤਰੀਕੇ ਨਾਲ ਨਾ ਦੇਖਿਆ ਕਰੋ ਵੀ ਇਹਨੂੰ ਕੋਈ ਫੇਮ ਦੀ ਲੋੜ ਆ ਜਾਂ ਕੁਛ ਹੋਰ ਲੋੜ ਆ, ਫਲਾਣੇ ਥੱਲੇ ਲੱਗ ਗਿਆ, ਧਮਕੇ ਥੱਲੇ ਲੱਗ ਗਿਆ, ਥੱਲੇ ਮੈਂ ਤਾਂ ਪਰਮਾਤਮਾ 'ਚ ਲੱਗਿਆ ਹੋਇਆ ਮੇਰਾ ਵੀਰ, ਠੀਕ ਹੈ। ਉਸ ਦੇ ਮੇਰੇ 'ਤੇ ਉਸ ਨੇ ਮੈਨੂੰ ਇਹ ਵਿਧੀ ਬਣਾਈ ਹੈ ਵੀ ਮੈਂ ਜਾ ਰਿਹਾ, ਠੀਕ ਹੈ, ਮੈਂ ਆਪਣੇ ਲੋਕਾਂ ਵਾਸਤੇ ਕੁਛ ਨਾ ਕੁਛ ਕਰਨਾ। ਇਕੱਲਾ ਗਾਣਿਆਂ ਦੇ ਵਿੱਚ ਕਹਿ ਕੇ ਵੀ ਸਾਡਾ ਪਿੰਡ ਹੈ, ਸਾਡਾ ਮਾਨਸਾ, ਉਹ ਗੱਲ ਨਹੀਂ ਬਣਦੀ ਮੇਰਾ ਭਰਾ, ਠੀਕ ਹੈ ਨਾ। ਇੱਥੇ ਹਰੇਕ ਬੰਦਾ ਕੋਸ਼ਿਸ਼ ਕਰਦਾ, ਮੇਰੀ ਮੈਨੂੰ ਪਰਮਾਤਮਾ ਨੇ ਹਰੇਕ ਕੋਲ ਫੇਮ ਆਉਂਦੀ, ਹਰੇਕ ਨੇ ਫੇਮ ਆਪਣੇ ਟੱਬਰ ਵਾਸਤੇ ਵਰਤੀ, ਆਪਣੇ ਪਰਿਵਾਰ ਵਾਸਤੇ ਵਰਤੀ। ਜੇ ਮੈਂ ਆਪਣੀ ਕਮਾਈ 'ਚੋਂ ਕੁਛ ਹਿੱਸਾ ਉੱਧਰ ਵਰਤਣਾ ਚਾਹੁੰਦਾ ਤਾਂ ਮੈਨੂੰ ਵਰਤ ਲੈਣ ਦਿਓ। ਬਾਕੀ ਜੇ ਕੋਈ ਕੁਐਸਚਨ ਤੁਹਾਡੇ ਦਿਮਾਗ ਦੇ ਵਿੱਚ ਹੋਇਆ, ਐਨੀ ਟਾਈਮ ਐਨੀ ਵੇਅਰ ਜਿੱਥੇ ਮਰਜ਼ੀ ਖੜਾ ਕੇ ਪੁੱਛ ਲਓ। ਹਾਂ, ਕੱਲ੍ਹ ਨੂੰ ਸਰਕਾਰ ਬਣਦੀ ਹੈ, ਮੈਂ ਬਣ ਕੇ ਮਤਲਬ ਕੁਛ ਨਾ ਕਰਿਆ, ਫਿਰ ਤੁਹਾਡੀਆਂ ਗੱਲਾਂ ਸਿਰ ਮੱਥੇ ਬਈ, ਹੈ ਨਾ, ਠੀਕ ਹੈ। ਵੀ ਬਾਕੀ ਗੱਲਾਂ ਦਾ ਜਵਾਬ ਤਾਂ ਮੈਂ ਬਹਿਸ ਤਾਂ ਮੈਂ ਸਕਦਾ ਹੀ ਨਹੀਂ ਕਿਸੇ ਚੀਜ਼ ਦੇ ਵਿੱਚ ਵੀ, ਜਾਂ ਬਹਿਸ ਸਹੀ ਹੋ ਜਾਂਦਾ। ਮੈਂ ਕਹਿੰਦਾ ਵੀ ਤੁਹਾਨੂੰ ਕੁਛ ਲੱਗਦਾ ਵੀ ਹੈ ਜਾਂ ਕੁਛ ਇੱਦਾਂ, ਆਓ ਬੈਠੋ ਮੇਰੇ ਨਾਲ ਗੱਲ ਕਰੋ, ਹੈ ਨਾ। ਸੋ ਮੇਰਾ ਵੀਰ, ਇੱਥੇ ਸਾਰੇ ਬੰਦੇ ਚੰਗਾ ਚਾਹੁੰਦੇ ਨੇ, ਸੁਧਾਰ ਚਾਹੁੰਦੇ ਨੇ, ਠੀਕ ਹੈ ਨਾ। ਕੋਈ ਬੰਦਾ ਜੇ ਕੋਈ ਚੰਗੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਯਾਰ, ਹੁਣ ਤੁਸੀਂ ਇਹ ਨਾ ਕਰਿਆ ਕਰੋ ਵੀ ਹਾਂ ਯਾਰ ਇਹ ਤਾਂ ਫਲਾਨਾ ਹੋ ਗਿਆ, ਧਮਕਾ ਹੋ ਗਿਆ, ਤਾਂ ਗੱਦਾਰ ਹੋ ਗਿਆ, ਠੀਕ ਹੈ ਨਾ। ਉਹੀ ਤੁਹਾਨੂੰ ਕੁਐਸਚਨ ਇਹ ਇਸੇ ਕਰਕੇ ਪੁੱਛਿਆ ਵੀ 3 ਸਾਲ ਤੁਸੀਂ ਸਰਕਾਰ ਬਣਾਈ, ਤੁਹਾਡਾ ਤੁਸੀਂ ਦੱਸੋ ਗੱਦਾਰ ਹੈਗੇ ਕਿ ਨਹੀਂ ਹੈਗੇ। ਫਿਰ ਤਾਂ ਕੱਲ੍ਹ ਜੁਆਇਨ ਕੀਤੇ, ਚਲੋ ਮੈਂ ਤਾਂ ਗੱਦਾਰ ਹਾਂ, ਠੀਕ ਹੈ। ਇਹ ਹੱਲ ਨਹੀਂ ਹੈਗਾ ਇਸ ਚੀਜ਼ ਦਾ। ਘੱਟੋ ਘੱਟ ਜੇ ਤੁਸੀਂ ਕੁਛ ਆਪ ਨਹੀਂ ਕਰਨਾ, ਕਿਸੇ ਬਾਰੇ ਕੁਛ ਜੋ ਕਰ ਰਿਹਾ ਉਹਨੂੰ ਕਰ ਲੈਣ ਦਾ, ਉਹਨੂੰ ਨਾ ਰੋਕੋ। ਨਹੀਂ ਤਾਂ ਕਿਸੇ ਨੇ ਹਿੰਮਤ ਹੀ ਨਹੀਂ ਕਰਨੀ ਇੱਧਰ ਆਉਣ ਦੀ। ਅਗਲਾ ਕਹਿੰਦਾ ਯਾਰ ਮੇਰੇ 4 ਪੈਸੇ ਬਣਦੇ ਆ, ਇਕੱਠੇ ਕਰਕੇ ਸ਼ੋਅ ਲਾਉਣਾ, ਪੈਸੇ ਫੜ ਕੇ ਆਪਣੇ ਘਰ ਜਾਵਾਂ, ਆਪਣੀ ਜ਼ਿੰਦਗੀ ਦੇ ਨਜ਼ਾਰੇ ਲਵਾਂ, ਮੈਂ ਕੀ ਲੈਣਾ ਇਹਨਾਂ ਤੋਂ, ਠੀਕ ਹੈ। ਆਪਦੇ ਕੰਮਾਂ ਜੋ ਕਿ ਪਹਿਲਾਂ ਵੀ ਸੀਗੇ ਕਰਵਾ ਲੈਂਦੇ ਸੀ, ਠੀਕ ਹੈ। ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਹੈ ਨਾ ਪੋਜ਼ੀਟਿਵ ਰੱਖਿਆ ਕਰੋ ਸਾਰਾ ਕੁਛ। ਬਾਕੀ ਕੋਈ ਦੂਜੀ ਗੱਲ, ਮੈਂ ਜਿਹੜਾ ਲਾਈਵ ਹੋਇਆ, ਮੈਂ ਕਿਸੇ ਨੂੰ ਕੁਛ ਇਹ ਕਹਿਣ ਦੀ ਕੋਈ, ਯਾਨੀ ਕਿ ਮੈਂ ਆਪਦੇ ਪੋਜ਼ਿਟਿਵਿਟੀ ਕਰਨ ਦੀ ਜਾਂ ਕੁਛ ਹੋਰ ਜਾਂ ਸਫਾਈ ਦੇਣ ਵਾਸਤੇ ਨਹੀਂ ਹੋਇਆ। ਮੇਰਾ ਇੱਕ ਪਰਿਵਾਰ ਹੈ, ਮੈਂ ਸਿਰਫ ਉਹਨਾਂ ਨਾਲ ਗੱਲ ਕਰਨ ਵਾਸਤੇ ਲਾਈਵ ਹੋਇਆ, ਨਾ ਮੇਰੇ ਇਸ ਲਈ ਕੋਈ ਵੱਡਾ ਰੀਜ਼ਨ ਹੈ ਵੀ ਜਾਂ ਮੈਂ ਕੋਈ ਮੈਨੂੰ ਕੋਈ ਹੋਰ ਚਾਹੀਦਾ ਵੀ ਜਾਂ ਮੈਨੂੰ ਕੋਈ ਤੁਸੀਂ ਇਹ ਕਹਿ ਦੋਗੇ ਵੀ ਗਦਾਰ ਕਹਿ ਦੋਗੇ, ਗਦਾਰ ਜਾਂ ਨਾ ਜਾਂ ਕੁਛ ਮਾੜਾ ਕਹਿ ਦੋਗੇ, ਮੈਨੂੰ ਮੇਰੇ ਪਰਮਾਤਮਾ ਨੂੰ ਪਤਾ, ਮੇਰੇ ਲੋਕਾਂ ਨੂੰ ਪਤਾ, ਮੇਰੇ ਪਿੰਡਾਂ 'ਚ ਜਾ ਕੇ ਪੁੱਛੋ ਲੋਕਾਂ ਨੂੰ ਵੀ ਉਹ ਕਿੰਨੇ ਖੁਸ਼ ਨੇ, ਠੀਕ ਹੈ ਭਰਾ। ਅਸੀਂ ਆਪਦੇ ਲੋਕਾਂ ਨੂੰ ਜਿੱਥੋਂ ਉੱਠੇ, ਜਿੱਥੋਂ ਰੋਟੀ ਖਾਧੀ, ਜਿੱਥੋਂ ਪਲੇ ਵੱਡੇ ਹੋਏ ਹਾਂ, ਅਸੀਂ ਉਹ ਆਪਦੇ ਉੱਪਰ ਚੱਕਣੇ ਨੇ, ਠੀਕ ਹੈ ਨਾ। ਇੱਥੇ ਗੱਲਾਂ ਕਰਕੇ ਸੋਸ਼ਲ ਮੀਡੀਆ 'ਤੇ ਮੈਂ ਕਹਿ ਰਿਹਾ ਉਹ ਫਲਾਨਿਆਂ ਤੋਂ ਧਮਕਾ ਕਹਿ ਸਕਦਾ, ਠੀਕ ਹੈ। ਪਰ ਜਿੰਨੀਆਂ ਚੀਜ਼ਾਂ ਹੋਈਆਂ ਨੇ ਜ਼ਿੰਦਗੀ 'ਚ ਕਰਕੇ ਦਿਖਾਇਆ, ਠੀਕ ਹੈ, ਫਲੋਪ ਹੋ ਕੇ ਵੀ ਜਾ ਸਕਦਾ ਸੀ, ਫਲੋਪ ਹੋ ਕੇ ਵੀ ਹੁਣ ਇੱਧਰੋਂ ਗਾਣੇ ਚਲੋ ਅੜ ਕੇ ਚਲੋ ਹੁਣ ਇੱਧਰੋਂ ਪਲਟੀ ਮਾਰ ਲਈਏ, ਪਲਟੀ ਮਾਰ ਦੇਣਾ ਚੋਣੀ ਹੈਗੀ ਉਸਤਾਦ। ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਉਹ ਪਹਿਲਾਂ ਵੀ ਗਲਤ ਕਿਹਾ, ਠੋਕ ਕੇ ਗਿਆ, ਅਤੇ ਅੱਗੇ ਵੀ ਗਲਤ ਕਹਿੰਦੇ ਰਹਾਂਗੇ ਵੀ ਆਹ ਠੋਕ ਕੇ ਗਲਤ ਹੈ, ਚਾਹੇ ਜੋ ਮਰਜ਼ੀ ਹੋਵੇ, ਠੀਕ ਹੈ ਨਾ। ਬਾਕੀ ਮੈਂ ਇਹੀ ਚੀਜ਼ ਆਪਣਾ ਕੋਸ਼ਿਸ਼ ਕਰੂੰਗਾ ਕੁਛ ਨਾ ਕੁਛ ਚੰਗਾ ਕਰਨ ਦੀ। ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰਾ ਵੀ, ਜੋ ਵੀ ਹੈ ਸਿਰ ਮੱਥੇ ਹੈ। ਹਾਂ, ਸਤਿ ਸ਼੍ਰੀ ਅਕਾਲ।